ਹਾਂਜੀ ਦੋਸਤ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਆਪਾਂ ਖੜੇ ਬਰਨਾਲੇ ਟਰੈਕਟਰ ਦੀ ਮੰਡੀ ਤੇ। ਬਾਈ, ਆਪਣੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਰਦੇ ਆ ਬਾਈ ਨੇ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਆਏ ਆ। ਸਤਿ ਸ਼੍ਰੀ ਅਕਾਲ ਬਾਈ ਰਣਜੀਤ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਾਈ ਜੀ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਬਾਈ ਜੀ? 9558-50-855। ਠੀਕ ਹੈ ਬਾਈ ਜੀ। ਕਿੰਨੇ ਕੁ ਟਰੈਕਟਰ ਅਵੇਲੇਬਲ ਹੁੰਦੇ ਬਾਈ ਜੀ ਆਪਣੇ? ਆਪਣੇ ਲਈ 5-7 ਟਰੈਕਟਰ ਹੁੰਦੇ ਜੀ, ਹਰ ਵਕਤ ਹੁੰਦੇ। ਹਾਂਜੀ ਹਾਂਜੀ। ਲੋਨ ਵਗੈਰਾ ਦੀ ਫੈਸਿਲਿਟੀ ਹੈਗੀ? ਹਾਂਜੀ ਹਾਂਜੀ, ਲੋਨ ਕਰਵਾ ਕੇ ਦੇ ਦਿੰਦੇ। ਤੇ ਅੱਜ ਕਿੰਨੇ ਹੈਗੇ ਬਾਈ ਜੀ? 5-7। ਅੱਜ ਆਪਾਂ 4 ਟਰੈਕਟਰ ਲੈ ਕੇ ਆਏ ਹਾਂ। ਠੀਕ ਹੈ ਜੀ। ਚਲੋ ਬਾਈ ਜੀ, ਮੈਸੇਜ 9500 ਤੋਂ ਵੀਡੀਓ ਸਟਾਰਟ ਕਰ ਦਾਂਗੇ ਆਪਾਂ। ਤੇ ਜਿੰਨੇ ਟਰੈਕਟਰ ਹੁੰਦੇ ਬਾਈ, 50 ਨੰਬਰ ਹੁੰਦੇ? ਹਾਂਜੀ ਸਰ, 50 ਨੰਬਰ ਫਸਟ ਓਨਰ। ਠੀਕ ਹੈ ਜੀ। ਫਸਟ ਓਨਰ ਜਾਂ ਸੈਕੰਡ ਓਨਰ ਜ਼ਿਆਦਾ ਟਰੈਕਟਰ ਹੁੰਦੇ ਬਾਈ? ਨਵੀਆਂ ਨਵੀਆਂ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਬਾਈਆਂ ਕੋਲੇ। ਤੇ ਜੇ ਇਹਦੀ ਗੱਲਬਾਤ ਕਰੀ, ਕਿੰਨੇ ਮਾਡਲ ਹੈ ਜੀ? ਇਹ 17 ਮਾਡਲ ਹੈ ਜੀ, ਸਾਰਾ ਓਰੀਜਨਲ ਆ, ਨਾਲ ਦੇ ਟਾਇਰ ਆ। ਠੀਕ ਹੈ ਜੀ। ਤੇ 13-14 ਘੰਟੇ ਦੇ ਆਸ-ਪਾਸ ਚੱਲਦੇ ਨੇ? ਨਹੀਂ ਨਹੀਂ ਆਲ ਓਰੀਜਨਲ। ਆਲ ਓਰੀਜਨਲ ਹੈ ਵੀ? ਕੰਡੀਸ਼ਨ ਚੈੱਕ ਕਰੋ ਬਾਈ ਟਰੈਕਟਰ ਦੀ, ਪੂਰਾ ਕੋਕਾ ਪੀਸ ਕਰ ਲੈਣਾ ਬਾਈ ਜੀ ਇਹਨੂੰ। ਹਾਂਜੀ ਹਾਂਜੀ। ਤੇ ਇੱਕ ਮੰਨ ਕੇ ਚੱਲੋ ਜਾਂਸੀ ਚ ਨਹੀਂ ਖੜਾ ਹੈ ਨਾ? ਹਾਂ, ਟਾਇਰ ਟੂਰ ਸਾਰਾ ਕੁਝ ਨਾਲ ਦੀ। ਠੀਕ ਹੈ ਜੀ। ਲਓ ਵੀ ਨਾਲ ਦੇ 80-85 ਟਾਇਰ ਪੈਣਗੇ। ਤੇ 1300 ਘੰਟਾ ਬਾਈ ਕਹਿੰਦਾ ਚੱਲ ਰਿਹਾ ਓਨਲੀ, ਬਾਕੀ ਤੁਸੀਂ ਪੈਰਦਾਨ ਵਗੈਰਾ ਦੇਖ ਸਕਦੇ ਬਾਈ, ਖੁੱਲੇ ਪਲੇਟਫਾਰਮ ਵਾਲਾ ਗਿਆ। ਹਾਂਜੀ। ਤੇ 2 ਸਪੀਡ ਜਾਣੀ ਬਾਈ? 2 ਸਪੀਡ ਚ ਜੀ। ਠੀਕ ਹੈ ਜੀ। ਸਾਈਡ ਗੇਅਰ? ਠੀਕ ਹੈ ਜੀ। ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ? ਇਹਦਾ 5.5 ਲੱਖ ਰੁਪਈਆ ਜੀ। ਵੀ 5.5 ਲੱਖ ਰੁਪਈਆ ਡਿਮਾਂਡ ਹੈਗੀ, ਮਾਨ ਤਾਨ ਹੋ ਜੀ ਬਾਈ? ਹਾਂਜੀ, ਮਾਨ ਤਾਨ ਕਰਾਂਗੇ ਜ਼ਰੂਰ। ਠੀਕ ਹੈ ਜੀ। ਬਾਕੀ ਬੇਟ ਕੋਈ ਲੱਗੇ ਨਾਲ? ਠੀਕ ਸਾਰਾ ਓਰੀਜਨਲ। ਠੀਕ ਹੈ ਜੀ। ਓਰੀਜਨਲ ਹੀ ਵੀ ਜਿੰਨਾ ਹੈ ਵੀ ਉੱਪਰ ਲੱਗੀ ਹੋਈ ਆ, ਡੰਡਾ ਵੀ ਮੈਨੂੰ ਲੱਗਦਾ ਜਿਵੇਂ ਆਪਾਂ ਕਿਤੇ ਬਹੁਤ ਜ਼ਿਆਦਾ ਘੱਟ ਯੂਜ਼ ਕੀਤਾ। ਹਾਂਜੀ ਹਾਂਜੀ, ਮਰਾੜਾ ਮਰੂੜਾ ਦੀ ਕੰਡੀਸ਼ਨ ਦੇਖੋ। ਠੀਕ ਹੈ ਜੀ। ਹਾਂ, ਬੀਬੀ 32 ਨੰਬਰ ਆ, ਫਸਟ ਓਨਰ ਆ। ਫਸਟ ਓਨਰ ਆ। ਹਾਂਜੀ। ਠੀਕ ਹੈ ਜੀ। ਤੇ ਅੱਗੇ ਕਿ ਬਾਈ ਜੀ, ਸੋਨਾਲੀਕਾ ਤੇ ਡਬਲ ਡਿਸਟ੍ਰੀਬਿਊਟਰ ਆਗਾ। ਹਾਂਜੀ। ਤੇ ਇਹ ਮਾਡਲ ਬਾਈ ਜੀ? ਇਹ 18 ਮਾਡਲ ਆ ਜੀ। ਇਹ ਵੀ 18 ਮਾਡਲ ਆ ਗਿਆ। ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ। ਬੇਡ ਬੂਟ ਨਾਲ ਆ ਸਾਰਾ ਕੁਝ। ਠੀਕ ਹੈ। ਇਹ ਸਿਕੰਦਰ ਮਾਡਲ ਆ ਗਿਆ ਨਾ ਬਈ? ਹਾਂਜੀ ਹਾਂਜੀ, ਸਿਕੰਦਰ। ਠੀਕ ਹੈ ਜੀ। 60RX। 60RX ਫਰੰਟ ਰੇਡੀਅਲ ਟਾਇਰ ਨੇਗੇ ਤੇ ਬੈਕ ਟਾਇਰ ਨਾਲ ਦੀ ਨੇ ਬਈ ਇਹਦੇ? ਨਹੀਂ, ਇਹ ਦੁਬਾਰੇ ਦੇ ਨਵੇਂ ਟਾਇਰ। ਠੀਕ ਹੈ ਜੀ। ਦੁਬਾਰੇ ਦੇ ਨਵੇਂ ਟਾਇਰ ਨੇ। ਬਾਕੀ ਸਾਨੂੰ ਟਾਇਰ ਵਗੈਰਾ ਦਿਖਾ ਦੇਣੇ ਬਈ, ਅਜੇ ਤੱਕ ਡੁੰਮਣੀ ਟੱਟੀਆਂ ਟੁੱਟੀਆਂ ਨਹੀਂ ਗਿਆ। ਫਾਈਬਰ ਦੀ ਛਤਰੀ ਆ? ਠੀਕ ਹੈ ਜੀ, ਫਾਈਬਰ ਦੀ ਹੋਟਲ ਲੱਗੀ ਹੋਈ। ਹਾਂਜੀ ਹਾਂਜੀ। ਤੇ ਕੰਟੇ ਕੁੰਟੇ ਕਿੰਨੇ ਕੇ ਚੱਲੇ ਹੋ ਬਈ ਤਕਰੀਬਨ? ਇਹ ਵੀ ਬਸ 1500 ਦੇ ਆਸ-ਪਾਸ ਚੱਲੇ ਵਾ। ਟਾਇਰ ਚੇਂਜ ਕਰਵਾਤੇ ਸੀ ਨਾ? ਠੀਕ ਹੈ, ਟਾਇਰ ਚੇਂਜ ਕਰਵਾਤੇ ਸੀਗੇ। ਪਹਿਲਾਂ ਤੋਂ ਚੇਂਜ ਹੋਏ ਨੇ ਬਈ? ਹਾਂਜੀ ਹਾਂਜੀ। ਠੀਕ ਹੈ ਜੀ। ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ। ਓਕੇ, ਰਿਪੋਰਟ ਤੇ ਗਿਆ। ਤੇ 18 ਮਾਡਲ ਤੇ ਇਹਦੀ ਡਿਮਾਂਡ ਬਈ ਜੀ? ਇਹਦਾ 5,72,000 ਜੀ। ਠੀਕ ਹੈ ਜੀ। ਬਾਕੀ ਮੌਕੇ ਤੇ ਮਾਣ ਤਾਣ ਕਰਦਾ। ਠੀਕ ਹੈ, ਟਰੈਕਟਰ ਹਰੇਕ ਨਾਲ ਕੱਟਾ ਜਾਊਗਾ? ਹਾਂਜੀ ਹਾਂਜੀ ਹਾਂਜੀ। ਠੀਕ ਹੈ। ਬਾਕੀ ਸਿਵਲ ਦੇ ਡਿਪੈਂਡ ਬਈ, ਲੋਨ ਵੀ ਵਗੈਰਾ ਹੋ ਜਾਊਗਾ, ਇੰਜਨ ਗੇਅਰ ਦਾ ਓਕੇ ਟਰੈਕਟਰ ਮਿਲਣਗੇ, ਫਸਟ ਜਾਂ ਸੈਕੰਡ ਓਨਰ ਮਿਲਣਗੇ ਤਕਰੀਬਨ। 50 ਨੰਬਰ? 50 ਨੰਬਰ। ਠੀਕ ਹੈ ਜੀ। ਤੇ ਅੱਗੇ ਕਿਹਾ ਬਈ ਜੀ, 855 ਪੰਜਾਬ ਦੀ ਸਾਨ। 855 ਦਾ ਮੈਂ ਕਹਿੰਦਾ ਜਿਹੜਾ ਟਰੈਕਟਰ ਕਹਿ ਲਿਆ ਅਗਲਾ ਨਾ ਉਹ ਟਰੈਕਟਰ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਹਰੇਕ ਮਾਡਲ ਮਿਲਦਾ ਗਾ ਵੀਰੇ, ਚਾਹੀਦੀ 16, 17, 18, 22, 23 ਤੱਕ ਮਾਡਲ ਵੀ ਮਿਲ ਜਾਣਗੇ, ਕਿਉਂਕਿ 24 ਮਾਡਲ ਦੀ ਲੋਕ ਨੂੰ ਥੋੜ੍ਹਾ ਜਿਹਾ ਲੋਕ ਘੱਟ ਪਸੰਦ ਕਰਦੇ ਨੇ ਨਾ ਬਈ। ਹਾਂਜੀ। ਤੇ 5 ਸਟਾਰ ਆ ਗਿਆ ਬਈ ਜੀ। ਤੇ ਇਹ ਮਾਡਲ 19 ਮਾਡਲ ਆ? ਹਾਂਜੀ, ਆਲ ਓਰੀਜਨਲ ਆ। ਠੀਕ ਹੈ ਜੀ। ਤੇ ਆਪਣਾ ਲੋਕਲ ਨੰਬਰ ਆ ਬਰਨਾਲਾ। ਠੀਕ ਹੈ ਜੀ। ਦੇਗੀ ਚੁੱਲੇ ਵਾਲਾ ਆ ਗਿਆ? ਦੇਗੀ ਚੁੱਲੇ ਵਾਲਾ, ਫਸਟ ਓਨਰ ਨਗਦ ਕੈਸ਼। ਠੀਕ ਹੈ ਜੀ। ਤੇ ਟੈਟੂ ਇਹਦੇ ਵੀ ਨਾਲ ਦੀ ਨੇ ਬਈ ਜੀ? ਜਮਾ ਨਾਲ ਦੇ, ਏਜੰਸੀ ਚੈੱਕ ਕਰਾ ਸਕਦੇ ਹਾਂ। ਠੀਕ ਹੈ ਜੀ। ਏਜੰਸੀ ਚੈੱਕ ਕਰਵਾ ਸਕਦੇ ਬਈ ਜੀ। ਮਗਰਾੜਾ ਮਗਰੂੜਾ ਓਰੀਜਨਲ ਨੇ ਸਾਰੇ, ਲਿਫਾਫੇ ਵੀ ਨਾਲ ਦੇ ਨੇ। ਠੀਕ ਹੈ, ਲਿਫਾਫੇ ਵੀ ਅਜੇ ਤੱਕ ਨਾਲ ਦੇ ਨੇ ਵੀ ਚੈੱਕ ਤੁਹਾਡਾ। ਕਹਿ ਲਈਏ ਨਾ ਆਪਾਂ ਇੱਕ ਸਮਾਈ ਚ ਚੱਲੇ ਟਰੈਕਟਰ। ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ। ਓਕੇ, ਰਿਪੋਰਟ ਚ 2 ਸਪੀਡ ਚੜਨਾ ਬਈ ਜੀ? 2 ਸਪੀਡ ਚ। ਠੀਕ ਹੈ ਜੀ। 19 ਮਾਡਲ ਲੱਗਾ ਤੇ ਇਹਦੀ ਡਿਮਾਂਡ ਬਈ ਜੀ? ਇਹਦਾ 6,65,000 ਜੀ। 6,65,000 ਸਾਰੇ ਮਾਰਕ ਕੇ 19 ਦੇ ਆ। ਠੀਕ ਹੈ ਜੀ, 19 ਦੇ ਮਾਰਕ ਹੈ ਜੀ। ਆਲ ਓਰੀਜਨਲ ਹੈਗਾ। ਕੰਡੀਸ਼ਨ ਬਈ ਜੀ ਓਕੇ ਹੈਗੀ। ਅਲੱਗ ਦੇ ਕਲੱਚ ਵਾਲਾ ਡਬਲ ਡਿਸਟ੍ਰੀਬਿਊਟਰ ਹੈ? ਹਾਂਜੀ, ਡਬਲ ਡਿਸਟ੍ਰੀਬਿਊਟਰ, ਫੁੱਲ ਟੌਪ ਮਾਡਲ। ਫੁੱਲ ਟੌਪ ਮਾਡਲ ਹੈਗਾ। ਬਾਕੀ ਚਿੱਟਾ ਚੁੱਟਾ ਵਗੈਰਾ ਦੇਖ ਸਕਦੇ ਬਈ ਜੀ, ਹਜੇ ਤੱਕ ਨਾਲ ਦੀ ਪਿਆ। ਓਕੇ, ਰਿਪੋਰਟ ਚ। ਤੇ ਅਗਲਾ ਬਈ ਜੀ, ਅਗਲਾ ਜੌਂਡੀਅਰ ਇੱਧਰ ਉਹ ਵਾਲਾ। ਠੀਕ ਹੈ ਜੀ। 5310 ਮਾਡਲ, 16। ਠੀਕ ਹੈ ਜੀ, 16 ਮਾਡਲ ਹੈਗਾ। ਹਾਂਜੀ, ਵੀ ਕੰਡੀਸ਼ਨ ਤੁਹਾਨੂੰ ਇਹਦੀ ਵੀ ਚਾਰ ਪਾਸੇ ਘੁੰਮ ਕੇ ਚੈੱਕ ਕਰਵਾਵਾਂਗੇ ਬਈ। ਕੰਡੀਸ਼ਨ ਦਾ ਪੂਰਾ ਕੋਕਾ ਪੀਸ ਕਰ ਲਿਆ ਨਾ ਪਈ ਦੀ। ਹਾਂਜੀ, ਲੈ ਵੀ 16 ਮਾਡਲ ਦਾ ਟਾਇਰ ਬਈ ਜੀ ਇਹਦੇ। ਟਾਇਰ ਇਹਦੇ ਪਿਛਲੇ ਨਵੇਂ ਵਰ ਗਿਆ। ਠੀਕ ਹੈ, ਮੂਰਲੇ ਨਾਲ ਦੇ ਜੀ। ਮੂਰਲੇ ਨਾਲ ਦੇ ਨੇ। ਹਾਂਜੀ, ਮਗਰਲੇ ਵੀ ਨਵੇਂ ਵਰ ਗਿਆ। ਬਾਕੀ ਤੁਸੀਂ ਦੇਖ ਸਕਦੇ ਹੋਗੇ
ਕੰਡੀਸ਼ਨ ਦਾ ਓਕੇ ਪਿਆ। ਠੀਕ ਹੈ ਬਾਈ, ਠੀਕ ਹੈ। ਲੈ ਵੀ ਇਹ ਬਾਈ ਪਰਮ ਹੈਗਾ, ਇਹ ਵੀ ਬਾਈ ਨਾਲ ਹੀ ਹੁੰਦਾ ਕਹਿੰਦੇ ਤੇ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਡਬਲ ਪੀਟੀਓ ਹਾਂਜੀ। ਰਿਵਰਸ ਪੀਟੀਓ ਨਹੀਂ ਹੈਗਾ ਨਾ? ਨਹੀਂ ਰਿਵਰਸ ਨਹੀਂ ਹੈ, ਡਬਲ ਪੀਟੀਓ। ਠੀਕ ਹੈ ਜੀ, ਤੇ 16 ਦੇ ਟਾਇਰਾਂ ਚ ਬਈ ਜੀ 16 ਇੰਚ ਫੈਬਰ ਦੀ ਛਤਰੀ ਨਾਲ, ਆ ਦੂਜੀ ਆਪਣੀ ਸਿੰਪਲ ਛਤਰੀ ਨਾਲ, ਸਿੰਪਲ ਛਤਰੀ ਮਿਲ ਜੂਗੀ ਇਹਦੇ ਨਾਲ। ਠੀਕ ਹੈ ਜੀ, ਲੈ ਬਈ ਜੀ ਬਾਕੀ ਚੈੱਕ ਕਰ ਲਓ ਬਈ ਸਾਰੇ ਓਰੀਜਨਲ ਆ। ਠੀਕ ਹੈ, ਰਿੰਬ ਰੁੰਬ ਤੁਸੀਂ ਦੇਖਦੇ ਆ। ਪੇਂਟ ਦੀ ਬਈ ਜੀ ਜੇ ਗੱਲਬਾਤ ਕਰੀਏ, ਟੱਚਿੰਗ ਦੀ ਗਾਰੰਟੀ ਹੋਊਗੀ? ਹਾਂਜੀ ਗਾਰੰਟੀ ਗਾਰੰਟੀ। ਠੀਕ ਹੈ ਜੀ, ਲੈ ਬਈ ਗਾਰੰਟੀ ਹੋਊਗੀ ਟੱਚਿੰਗ ਦੀ, ਪੂਰੇ ਓਕੇ ਰਿਪੋਰਟ ਦੇ। ਵੇਟ ਵਗੈਰਾ ਬਾਕੀ ਤੁਸੀਂ ਫਰੰਟ ਤੇ ਵੀ ਦੇਖ ਸਕਦੇ ਹੋ ਬਈ ਜੀ। ਤੇ 16 ਮਾਡਲ ਹੈਗਾ 16 ਜੀ, ਤੇ ਇਹਦੀ ਡਿਮਾਂਡ ਬਈ ਜੀ ਇਹਦਾ ਹੈਗਾ 6,15,000 ਜੀ। 6,15,000 3 ਸਪੀਡ ਚ ਆ ਗਣ ਬਈ ਜੀ? ਹਾਂਜੀ ਇਹ 3 ਸਪੀਡ ਆ। ਠੀਕ ਹੈ ਜੀ, 3 ਸਪੀਡ ਹੈਗਾ ਤੇ ਕੰਡੀਸ਼ਨ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਡਬਲ ਪੀਟੀਓ ਹਾਂਜੀ। ਠੀਕ ਹੈ ਜੀ ਜੀ, ਤੇ ਇਥੋਂ ਬਿਨਾ ਕਿੱਥੇ ਖੜੇ ਹੁੰਦੇ ਬਈ ਜੀ ਆਪਣੇ? ਇਹ ਹੰਡਿਆਈ ਜੀ, ਹੰਡਿਆਈ ਬਾਬਾ ਟਰੈਕਟਰ ਸੇਲ ਪਰਚੇ। ਠੀਕ ਹੈ ਜੀ, ਨੰਬਰ ਆਪਾਂ ਦੁਬਾਰਾ ਦੇ ਦਿੰਦੇ 98558 5855। ਠੀਕ ਹੈ ਜੀ, ਤੇ ਜੇ ਕਿਰਾਏ ਤੇ ਖਰੀਦਣਾ? ਹਾਂ ਕਿਰਾਏ ਤੇ ਵੀ ਦੇ ਦਿੰਦੇ ਕਿਰਾਏ ਤੇ। ਹਾਂ ਉਹ ਟਰੈਕਟਰ ਦੇ ਹਿਸਾਬ ਨਾਲ 3 ਸਪੀਡ ਦਾ ਅਲੱਗ ਰੇਟ ਆ ਤੇ 2 ਸਪੀਡ ਦਾ ਅਲੱਗ ਰੇਟ, ਤੇ 4x4 ਦਾ ਅਲੱਗ, 4x4 ਦਾ ਅਲੱਗ। ਠੀਕ ਹੈ ਬਾਈ, ਸਾਨੂੰ ਓਕੇ ਜੀ, ਧੰਨਵਾਦ।